गुरजीत पाजी गल कर रहे ने? हाँ जी पाजी। पाजी सत श्री अकाल। हाँ जी सत श्री अकाल जी। पाजी असीं जगबाणी रेडियो तो गल कर रहे हां। हाँ जी हाँ जी। पाजी फादर्स डे तुसी सुनिया होगा, पिता दिवस दे तौर ते पूरा देश पूरी दुनिया विच मनाया जांदा है। जी जी। ते तुसी की कहना चाहोगे? असी थोड़े कोलों वधाई लेना चाहुंदे आ कि क्योंकि अजकल जिहड़े बच्चे हैगे आ ओह अपने मां प्यो की कदर नहीं करते। हाँ जी। ते तुसी की कहना चाहोगे उन्हां बच्चियां नूं? देखो जी, मां पे तां अपने सारे लिए सारा नूं वड्डी चीज हुंदी है। देखो जिन्होंने आपां नूं जन्म दित्ता, जे आपां उन्हां दी कदर ना करांगे तां फिर बड़ी माड़ी गल है जी। जी पाजी। क्योंकि मां पे तां इदां दी चीज हुंदी है वी जे एक वारी उत्थों निकल जाण तां फिर पैसे दे के भी ये चीजां नहीं मिलदियां ना। ते पाजी कारण की लगदा? क्योंकि ओही बच्चा हुंदा जिहड़ा अपने बाप तो बिना कदे रात नूं सौंदा नहीं सी हुंदा, ते इंतजार करदा हुंदा सी कि अज मेरा डैडी मसिया गया, मेरे लिए आ लै के आऊगा, जां जिद करके उहदे नाल उंगली फड़ के जांदा सीगा। ते ओह की किहड़ी गल हो जांदी आ कि बाद विच ओही बाप उहनूं अपने दुश्मन तों वध के लगन लग पैंदा, अक्खां विच क्यों रटकदा? मैं कहना जी ओह बच्चे पागल होणगे जो इदां दी फीलिंग लैंदे आपणे मां पिओ प्रति। क्योंकि मापिया तो जो प्यो हों सब तो वा एक दोस्त हों अपना, जो आप बिहेव करांगे तो मैं सोचता बहुत वही गलत गल है अपने वास्ते। ठीक है भाजी, असि ना साढ़े कोल इथे बिरध आश्रम है एक जी, ते असि उथे कल गए सीगे, ते उथे सानू एक बजुर्ग मिले सीगे। ਗੁਰਜੀਤ ਨੂੰ ਵੱਡਾ ਹੋ ਗਿਆ ਮੁੰਡਾ, ਔਰ ਹਾਂ ਬਸ ਉਹਨੂੰ ਇਹੀ ਕਹਿਣਾ ਕਿ ਮੈਂ ਪੁੱਤ ਸੁਰਜਨ ਬੋਲਦਾ, ਤੇਰਾ ਬਾਪੂ ਵੱਡੇ ਆ ਜੀ ਗੱਡੀਆਂ ਤੇ, ਮੁੰਡੇ ਸਿਆਣੇ ਵੀ ਹੋ ਗਏ ਆ, 5 ਸਾਲ ਇੱਥੇ ਹੋ ਗਏ ਛੱਡ ਗਿਆ ਸੀ, ਮੁਸ਼ਕਿਲਾਂ ਉਹਦੀਆਂ ਆਪਣੀਆਂ ਆਵਾਜ਼ਾਂ ਦੀਆਂ ਘਰਾਂ ਦੀਆਂ। ਫਿਰ ਬੱਚੇ ਅੱਜ ਕੱਲ੍ਹ ਵੱਡੇ ਹੋ ਗਏ ਆ, 100 ਉਹਨਾਂ ਦੇ ਕਿਸੇ ਨੂੰ ਦੋਸ਼ ਕੀ ਹੈ ਜੀ? ਇਹ ਤਾਂ ਸ਼ਾਇਦ ਸਾਡਾ ਆਪਣੇ ਕੁਛ ਪੈਸਾ ਲਿਖਿਆ ਸੀ, ਇੱਥੇ ਹੈਗੇ ਆ 4 ਬਸ ਹੈ, ਸਾਰੇ ਦੁਖੀ ਹੈ, ਕਿਸੇ ਦਾ ਕੋਈ ਨਾ ਕੋਈ ਆਪਣਾ ਹੁੰਦਾ ਹੀ ਹੈ ਘਰ ਦੇ ਵਿੱਚੋਂ, ਬਸ ਬਹਿ ਕੇ ਇੱਕ ਦੂਜੇ ਨੂੰ ਮਨਾਉਂਦੇ ਆ, ਜ਼ਿੰਦਗੀ ਕੱਟੀ ਜਾਈਦੀ ਆ। ਆਉਂਦੇ ਸਾਡੇ ਕੋਲ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ ਵਿਚਾਰੇ, ਉਹ ਇੱਥੇ ਆ ਜਾਂਦੇ, ਕੋਈ ਦੀਵਾਲੀ ਮਨਾ ਜਾਂਦਾ ਆ ਕੇ, ਕੋਈ ਆ ਕੇ ਡੱਬਾ ਦੇ ਗਿਆ ਮੇਰਾ ਜਨਮ ਦਿਨ ਹੈ, ਕੋਈ ਕੁਛ ਦੇ ਗਿਆ, ਪਰ ਜੋ ਗੁਰਜੀਤ ਨੇ ਕਰਨਾ ਸੀ ਜੀਤ ਨੇ ਕਰਨਾ, ਉਹ ਤਾਂ ਜੀਤ ਹੀ ਕਰੂਗਾ ਨਾ। ਬਚਪਨ ਦੀ ਯਾਦ ਤਾਂ ਬਸ ਇਹੀ ਹੈ ਕਿ ਇੱਕ ਵਾਰੀ ਨਿਕਾਹ ਜਿਹਾ ਹੁੰਦਾ ਸੀ ਮੇਰਾ, ਜੀਤਾ ਕਹਿੰਦਾ ਸੀ ਮੇਰੇ ਪਿਆਰ ਨਾਲ, ਉਹਦੀ ਸਾਈਕਲ ਮੇਰੇ ਦੇ ਅੱਗੇ ਬੈਠਾ ਸੀ ਤੇ ਉਹਦੀ ਅੱਡੀ ਆ ਗਈ ਸੀ ਸਾਈਕਲ ਦੇ ਵਿੱਚ, ਮੈਨੂੰ ਯਾਦ ਹੈ ਖੂਨ ਬਹੁਤ ਚੂਹਿਆ ਸੀ ਤੇ ਮੈਂ ਭੱਜ ਕੇ ਸਾਈਕਲ ਸਿੱਟ ਕੇ ਉਹਦੀ ਅੱਡੀ ਫੜ ਕੇ ਤਾਂ ਕਰਕੇ ਪਾਣੀ ਪਾਇਆ, ਉਹ ਤੋਂ ਬਾਅਦ ਮੇਰੀ ਸਾਰੀ ਦਾੜੀ ਵੀ ਭਿੱਜ ਗਈ। ਪਰ ਜਦੋਂ ਪੁੱਤ ਵੱਡੇ ਹੋ ਜਾਂਦੇ ਫਿਰ ਘਰੋਂ ਖੜ ਦਿੰਦੇ ਆ, ਚਲੋ ਬਸ ਮੈਂ ਕੁਛ ਨਹੀਂ ਮੰਗਦਾ, ਇੱਕੋ ਹੀ ਗੱਲ ਕਹਿੰਦਾ ਪੁੱਤ ਜਿੱਥੇ ਵੀ ਹੈਗਾ ਨਾ, ਆ ਮੈਨੂੰ 500-700 ਪੈਨਸ਼ਨ ਮਿਲਦੀ ਆ, ਭਾਵੇਂ ਮੇਰੀ ਇਹ ਵੀ ਰੱਖ ਲਿਆ ਕਰੋ, ਬਸ ਮੇਰਾ ਜੀਤਾ ਆ ਕੇ ਮੈਨੂੰ ਮਿਲ ਜਾਇਆ ਕਰੇ, ਜੀਤਾ ਆ ਕੇ ਮਿਲ ਜਾਇਆ ਕਰੇ। ਹਾਂਜੀ ਗੁਰਜੀਤ ਭਾਜੀ। ਹਾਂਜੀ ਭਾਜੀ ਕੀ ਕਹਿਣਾ ਚਾਹੋਗੇ? ਅਸੀਂ ਚਾਹੁੰਦੇ ਹਾਂ ਕਿ ਇਹ ਬਜ਼ੁਰਗ ਇਹਨਾਂ ਦੇ ਬੱਚੇ ਮੈਨੂੰ ਲੱਗਦਾ ਕਿ ਗਵਾਚੇ ਹੋਏ ਨੇ ਕਿਤੇ, ਹੋ ਸਕਦਾ ਕਿ ਰੇਡੀਓ ਦੇ ਜ਼ਰੀਏ ਇਹਨਾਂ ਦੇ ਬੱਚੇ ਇਹਨਾਂ ਦੀ ਆਵਾਜ਼ ਸੁਣ ਲੈਣ ਤੇ ਇਹਨਾਂ ਨੂੰ ਜਾ ਕੇ ਮਿਲ ਲੈਣ। ਹੈਲੋ ਗੁਰਜੀਤ ਭਾਜੀ, ਗੁਰਜੀਤ ਭਾਜੀ ਤੁਸੀਂ ਫੋਨ ਤਾਂ ਕੱਟ ਦਿੱਤਾ ਵੀਰੇ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ 9 ਮਾਸ ਦਾ ਰਿਸ਼ਤਾ ਕਦੇ ਕੱਟਿਆ ਨਹੀਂ ਜਾਂਦਾ, ਤੇ ਬਾਕੀ ਅਸੀਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਬਜ਼ੁਰਗਾਂ ਦੀ ਅਸੀਂ ਗੱਲਬਾਤ ਹੁਣ ਗੁਰਜੀਤ ਦੇ ਨਾਲ ਕਰਵਾਈ ਸੀ ਉਹ ਇਹਨਾਂ ਦੇ ਪਿਤਾ ਜੀ ਸਨ। ਤੇ ਦੋਸਤੋ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਲੋਕ ਦੁਨੀਆ ਦੇ ਵਿੱਚ ਉੱਚਾ ਉੱਠਣ ਦੇ ਲਈ ਵੱਡੀਆਂ ਵੱਡੀਆਂ ਗੱਲਾਂ ਤਾਂ ਕਰਦੇ ਆ, ਪਰ ਸਿਰਫ ਗੱਲਾਂ ਦੇ ਨਾਲ ਕੁਝ ਨਹੀਂ ਹੋਣਾ ਵੀਰੇ, ਇਹਨੂੰ ਅਸਲ ਦੇ ਜ਼ਿੰਦਗੀ ਦੇ ਵਿੱਚ ਅਪਣਾਓ ਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ। ਬਾਕੀ ਤੁਸੀਂ ਸੁਣਦੇ ਰਹੋ ਪੰਜਾਬ ਤੇ ਪੰਜਾਬੀਆਂ ਦੀ ਸ਼ਾਨ, ਜਗਬਾਣੀ ਰੇਡੀਓ।